ਪੰਜਾਬ ਦੀਆਂ ਵੱਖ-ਵੱਖ ਵਿਰੋਧੀ ਪਾਰਟੀਆਂ ਨੇ ਆਪ ਸਰਕਾਰ ਤੇ ਕਿਹੜੇ ਤਿੱਖੇ ਨਿਸ਼ਾਨੇ ਲਾਏ ਨੇ ਕਈ ਖਬਰਾਂ ਇਕੱਠੀਆਂ ਤੁਹਾਨੂੰ ਦੱਸਦೇನೆ ਹਾਂ ਸਭ ਤੋਂ ਪਹਿਲਾਂ ਆਕਾਲੀ ਲੀਡਰ ਵਿਕਰਮ ਸਿੰਘ ਮਜੀਠੀਆ ਨੇ ਕੀ ਕਿਹਾ ਆਪ ਸਰਕਾਰ ਤੇ ਨਿਸ਼ਾਨਾ ਕਰਦਿਆਂ ਕਿਹਾ ਕਿ ਸੰਤ ਹੀ ਖੇਤਰ ਵਿੱਚ ਪੰਜਾਬ ਨੂੰ ਚਾਈਨਾ ਦਾ ਪ੍ਰਤੀਯੋਗੀ ਦੱਸਣ ਵਾਲੇ ਭਗਵੰਤ ਮਾਨ ਇਹ ਦੱਸਣ ਦੀ ਖੇਚਲ ਕਰਨਗੇ ਕਿ 2 ਸਾਲ ਦੇ ਵਿੱਚ ਆਪ ਸਰਕਾਰ ਨੇ ਪੰਜਾਬ 'ਚ ਕਿਹੜਾ ਸੰਤ ਵਿਕਾਸ ਕੀਤਾ ਹੈ ਦਰਅਸਲ ਤਿੰਨ ਦਿਨਾਂ ਦੇ ਵਿੱਚ ਜਦੋਂ ਅਰਵਿੰਦ ਕੇਜਰੀਵਾਲ ਪੰਜਾਬ ਦੇ ਦੌਰੇ ਤੇ ਆਏ ਹੋਏ ਸਨ ਤਾਂ ਉਹਨਾਂ ਨੇ ਬਿਆਨ ਦਿੱਤਾ ਸੀ ਕਿ ਆਉਂਦੇ ਸਾਲਾਂ ਦੇ ਵਿੱਚ ਪੰਜਾਬ ਚੀਨ ਨੂੰ ਪਛੜਾ ਦੇਵੇਗਾ ਉਸ ਤੋਂ ਬਾਅਦ ਬਿਕਰਮਜੀਤਿਆ ਨੇ ਸੀਐਮ ਮਾਨ ਦੀ ਸੜਕਾਂ ਦੇ ਉੱਤੇ ਲੱਗੇ ਇਸ਼ਤਿਹਾਰਾਂ ਦੀ ਇੱਕ ਵੀਡੀਓ ਵੀ ਸਾਂਝੀ ਕੀਤੀ ਹੈ ਕਿ ਹੈ ਕਿ ਇਹ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੰਜਾਬੀ ਸਲਾਹ ਦੇ ਰਹੇ ਨੇ ਕਿ ਪੰਜਾਬ ਲਈ ਸੌਫ ਫਲੈਕਸ ਬਣਾਉਣ ਵਾਲੀਆਂ ਮਸ਼ੀਨਾਂ ਖਰੀਦ ਲੈਣ ਤਾਂ ਜੋ ਪੈਸੇ ਦੀ ਬਰਬਾਦੀ ਬਚਾਈ ਜਾ ਸਕੇ ਪੰਜਾਬ বিজেপি ਦੇ ਪ੍ਰਧਾਨ ਸੁਨੀਲ ਜਾਖੜ ਨੇ ਵੀ ਟਵੀਟ ਕੀਤਾ ਹੈ ਪੰਜਾਬ ਸਰਕਾਰ ਤੇ ਨਿਸ਼ਾਨਾ ਕੱਸਦਿਆਂ ਕਿਹਾ ਹੈ ਕਿ ਪਹਿਰੇਦਾਰਾਂ ਦੀ ਰਾਖੀ ਕੌਣ ਕਰੇਗਾ ਅੱਜ ਕੰਦੇ ਪੰਜਾਬ ਦੇ ਵਿੱਚ ਇੱਕ ਹਵਲਤ ਸੱਚ ਜਾਪ ਰਹੀ ਹੈ ਜਿੱਥੇ ਪੰਜਾਬ ਪੁਲਿਸ ਦੇ ਅਧਿਕਾਰੀ 2 ਕਿਲੋ ਹੈਰੋਨ ਸਮੇਤ ਫੜੇ ਜਾਣ ਤੇ ਗਲਤ ਪਛਾਣ ਦਾ ਮਾਮਲਾ ਬਣਾ ਕੇ ਛੱਡ ਦਿੱਤੇ ਜਾਂਦੇ ਨੇ Thank you. ਜਿੱਥੇ ਗੈਂਗਸਟਰਾਂ ਵੱਲੋਂ ਆਯੋਜਿਤ ਪਾਰਟੀਆਂ 'ਚ ਡਾਂਸ ਕਰਦਿਆਂ ਦੀ ਵੀਡੀਓ ਉਪਰੰਤ ਦੋਸ਼ੀ ਪੁਲਿਸ ਅਫਸਰਾਂ ਨੂੰ ਗੁੱਟ ਤੇ ਥੱਪੜ ਮਾਰ ਕੇ ਛੱਡ ਦਿੱਤਾ ਜਾਂਦਾ ਹੈ ਜਿੱਥੇ ਨਸ਼ਾ ਤਸਕਰਾਂ ਦੀ ਬਜਾਏ ਵਿਸਲ ਬਲੋਰ ਗ੍ਰਿਫਤਾਰ ਕੀਤੇ ਜਾਂਦੇ ਨੇ ਤੇ ਜਦੋਂ ਜੇਲਾ ਨਸ਼ਿਆਂ ਦੇ ਕਾਰੋਬਾਰ ਦਾ ਧੁਰਾ ਬਣ ਜਾਂਦਾ ਤਾਂ ਮੈਂ ਇਹ ਕਹਿਣ ਲਈ ਮਜਬੂਰ ਹਾਂ ਕਿ ਐਨਸੀਆਰਬੀ ਨੂੰ ਹੁਣ ਐਨਸੀਬੀ ਨੂੰ ਹੁਣ ਦਖਲ ਦੇਣਾ ਚਾਹੀਦਾ ਹੈ ਪੰਜਾਬ ਦੇ ਵਿੱਚ ਪਹਿਰੇਦਾਰਾਂ ਤੇ ਪਹਿਰਾ ਰੱਖੋ ਬੀਜੇਪੀ ਦੇ ਲੀਡਰ ਤਰਨ ਚੁਗਵੀ ਬੋਲੇ ਨੇ ਕਹਿੰਦੇ ਪੰਜਾਬ ਚ ਆਮ ਆਦਮੀ ਪਾਰਟੀ ਖਨਣ ਮਾਫੀਆ ਨਾਲ ਮਿਲੀ ਹੋਈ ਹੈ ਕੇਜਰੀਵਾਲ ਜਿਹੜੇ ਤੁਮਨ ਦੱਸਣੋ ਪੈਸਾ ਕਿੱਥੇ ਹੈ ਭਾਜਪਾ ਨੇ ਖੋਟ ਟਵੀਟ ਕੀਤਾ ਕਿ ਦੇਸ਼ ਦੇ ਹੋਰਨਾਂ ਸੂਬਿਆਂ ਦੇ ਮੁਕਾਬਲੇ ਪੰਜਾਬ ਸਿਰ ਸਭ ਤੋਂ ਵੱਧ ਕਰਜ਼ਾ ਹੈ ਮੁਫਤ ਦੀਆਂ ਯੋਜਨਾਵਾਂ ਤੇ ਗੈਰ ਜ਼ਰੂਰੀ ਖਰਚਿਆਂ ਨੇ ਸੂਬਿਆਂ ਦੇ ਆਰਥਿਕ ਹਾਲਾਤ ਵਿਗਾੜ ਦਿੱਤੇ ਨੇ ਪੰਜਾਬ ਦੇ ਹਾਲਾਤ ਹੋਰ ਵੀ ਵਿਗੜ ਸਕਦੇ ਨੇ ਪੰਜਾਬ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ 2021 21 ਦੇ ਵਿੱਚ ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਲੈਂਦੀਆਂ ਵੱਖ-ਵੱਖ ਕਾਡਰਾਂ ਦੇ ਵਿੱਚ ਟੀਐਸਐਸ ਸਬ ਇੰਸਪੈਕਟਰ 267 ਟੀਐਸਐਸ ਕਨਸਟੇਬਲ 240 ਇਨਵੈਸਟੀਗੇਸ਼ਨ ਹੈੱਡ ਕਨਸਟੇਬਲ 787 ਤੇ ਹੋਰ 1156 ਅਸਾਮੀਆਂ ਦੀਆਂ ਜਿਹੜੀਆਂ ਭਰਤੀਆਂ ਖੋਲੀਆਂ ਗਈਆਂ ਸੀ ਉਹ ਹਾਲੇ ਤੱਕ ਲਟਕ ਰਹੀਆਂ ਨੇ ਇਹ ਨੌਜਵਾਨ ਮਾਨਸਿਕ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਨੇ ਉਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਪੰਜਾਬ ਦੇ ਡੀਜੀਪੀ ਨੂੰ ਭਰਤੀਆਂ ਮੁਕੰਮਲ ਕਰਨ ਦੀ ਪ੍ਰਕਿਰਿਆ 'ਚ ਤੇਜ਼ੀ ਲਿਆਉਣ ਦੀ ਮੰਗ ਕੀਤੀ। ਕਾਂਗਰਸ ਦੇ ਲੀਡਰ ਸੁਖਜਿੰਦਰ ਸਿੰਘ ਰੰਧਾਵਾ ਨੇ ਟਵੀਟ ਕੀਤਾ ਕਿ ਮੁੱਖ ਮੰਤਰੀ ਭਗਵੰਤ ਮਾਨ ਜੀ ਜਦੋਂ ਵਿਜੀਲੈਂਸ ਨੇ ਮੈਡਮ ਨਵਦੀਪ ਕੌਰ ਨੂੰ ਭ੍ਰਿਸ਼ਟਾਚਾਰ ਦੇ ਵੱਖ-ਵੱਖ ਦੋਸ਼ਾਂ ਵਿੱਚ ਨਾਮਜ਼ਦ ਕੀਤਾ ਹੈ ਤਾਂ ਕਿਸ ਅਧਾਰ ਤੇ ਉਹਨਾਂ ਦੀ ਤਰੱਕੀ ਬੀਡੀਪੀਓ ਤੋਂ ਡੀਡੀਪੀਓ ਕੀਤੀ ਗਈ? ਫਰਵਰੀ ਮਹੀਨੇ ਤੋਂ ਹੁਣ ਤੱਕ ਦੀ ਕਾਰਵਾਈ ਅੱਗੇ ਕਿਉਂ ਨਹੀਂ ਵਧੀ? ਕੀ ਤੁਹਾਡੀ ਨਜ਼ਰ ਸਿਰਫ ਸਿਆਸੀ ਬਦਲਾਖੋਰੀ ਵਾਸਤੇ ਹੀ ਤੇਜ਼ ਹੈ? ਇਸ ਦਰਮਿਆਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਿਰਫ ਇੱਕ ਬਿਆਨ ਦੇ ਕੇ ਵਿਰੋਧ ਕਹਿੰਦੇ 2021 ਵਿੱਚ ਕਾਂਗਰਸ ਸਰਕਾਰ ਨੇ ਸਨਦਕਾਰਾਂ ਨੂੰ ਜ਼ਮੀਨ ਤੇ 5 ਸਾਲ ਦੀ ਰੋਕ ਲਾਉਣ ਦੇ ਆਰਡਰ ਦਿੱਤੇ ਪਰ ਉਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਲੋਕ ਉਹਨਾਂ ਨੂੰ ਅਗਲੇ 15-20 ਸਾਲਾਂ ਲਈ ਰੋਕ ਦੇਣਗੇ ਅਸੀਂ ਇਹ ਰੋਕ ਹਟਾਉਣ ਦਾ ਫੈਸਲਾ ਲੈਂਦੇ ਹਾਂ ਯਾਨੀ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਸਨਦਕਾਰਾਂ ਦੇ ਲਈ ਇਹ ਐਲਾਨ ਕੀਤਾ ਹੈ ਨਾਲੇ ਇਹ ਵੀ ਕਿਹਾ ਹੈ ਕਿ ਇਹਨਾਂ ਨੂੰ ਪਲਾਟ ਦੇ ਪਲਾਟ ਨੂੰ ਇੰਡਸਟਰੀ ਲਾਉਣ ਲਈ ਇੱਕ ਪਲਾਟ ਦੇ ਵਿੱਚ ਇੰਡਸਟਰੀ ਲਾਉਣ ਦੇ ਲਈ 1 ਸਾਲ ਦਾ ਸਮਾਂ ਦਿੱਤਾ ਜਾਊਗਾ